ਸਵਾਗਤ ਹੈ ਸਾਰੇ ਦਰਸ਼ਕਾਂ ਦਾ ਚੱਕ ਦੇ ਸਪੋਰਟਸ ਦੇ ਵਿੱਚ ਮੈਂ ਹਾਂ ਸੁਪ੍ਰੀਤ ਸਿੰਘ ਕਾਲੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਮਨਾਸਟਿਕ ਦੀ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੀ ਜੀ ਹਾਂ ਜਿਮਨਾਸਟਿਕ ਦੀ ਰਿਦਮਿਕ ਕੈਟੇਗਰੀ ਦੇ ਵਿੱਚ ਅੰਮ੍ਰਿਤਸਰ ਦੀ ਕੋਚ ਨੀਤੂ ਬਾਲਾ ਵੱਡਾ ਯੋਗਦਾਨ ਪਾ ਰਹੀ ਹੈ ਅਤੇ ਗਰਾਸ ਰੂਟ ਲੈਵਲ ਤੋਂ ਟੈਲੈਂਟ ਨੂੰ ਪਛਾਣ ਕੇ ਉਹਨਾਂ ਨੂੰ ਰਿਦਮਿਕ ਦੇ ਵਿੱਚ ਚੰਗਾ ਖਿਡਾਰੀ ਬਣਾ ਰਹੀ ਹੈ PIS ਯਾਨੀ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਜਿਸ ਦਾ ਟੀਚਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗਰਾਸ ਰੂਟ ਲੈਵਲ ਤੋਂ ਖਿਡਾਰੀ ਪੈਦਾ ਕਰਨੇ ਉਹਨਾਂ ਨੂੰ ਤਿਆਰ ਕਰਨਾ ਤਾਂ ਜੋ ਕਿ ਓਲੰਪਿਕਸ 'ਤੇ ਮੈਡਲ ਜਿੱਤੇ ਜਾ ਸਕਣ ਔਰ ਇਸ ਨੂੰ ਬਾਖੂਬੀ ਨਿਭਾਇਆ ਵੀ ਜਾ ਰਿਹਾ PIS ਦੀ ਇੱਕ ਅਜਿਹੀ ਹੀ ਕੋਚ ਸਾਡੇ ਨਾਲ ਅੱਜ ਮੌਜੂਦ ਨੇ ਜਿਨ੍ਹਾਂ ਨੇ ਇੰਟਰਨੈਸ਼ਨਲ ਕੋਰਸਿਸ ਕੀਤੇ ਨੇ ਤਾਂ ਜੋ ਕਿ ਪੰਜਾਬ ਦੀ ਰਿਦਮਿਕ ਜਿਹੜੀ ਜਿਮਨਾਸਟਿਕ ਹੈ ਉਸ ਨੂੰ ਸੁਧਾਰਿਆ ਜਾ ਸਕੇ ਅਤੇ ਮੈਡਲ ਹਾਸਲ ਕੀਤੇ ਜਾ ਸਕਣ ਨਾਮ ਹੈ ਨੀਤੂ ਬਾਲਾ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਦੇਖਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਜਿਮਨਾਸਟਿਕ ਦੇ ਰਿਦਮਿਕ ਕੈਟੇਗਰੀ ਦੇ ਵਿੱਚ ਕੀ ਕੁਛ ਉਹਨਾਂ ਨੂੰ ਕਠਿਨਾਈਆਂ ਆ ਰਹੀਆਂ ਨੇ ਕੀ ਫਿਊਚਰ ਪਲਾਨਸ ਨੇ ਅਤੇ ਕਿੰਨੇ ਕੁ ਬੱਚੇ ਉਹ ਪ੍ਰੋਡਿਊਸ ਕਰ ਚੁੱਕੇ ਨੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ PIS ਦਾ ਜਿਮਨਾਸਟਿਕ ਦੇ ਪ੍ਰਤੀ ਅਤੇ ਰਿਦਮਿਕ ਸਪੈਸ਼ਲੀ ਜਿਹੜੀ ਤੁਹਾਡੀ ਕੈਟੇਗਰੀ ਹੈ ਕਿੰਨਾ ਕੁ ਰੁਝਾਨ ਨਜ਼ਰ ਆ ਰਿਹਾ ਕੀ ਫਿਊਚਰ ਪਲਾਨਸ ਨੇ PIS ਦੇ ਵਿੱਚ ਜਿਹੜਾ ਕਿ ਨਾਮ ਇਹਨਾਂ ਨੇ ਸਕੀਮ ਅਡੋਪਟ ਕੀਤੀ ਹੈ ਡਿਪਟੀ CM ਸਰ ਨੇ ਅਤੇ ਮਿਸਟਰ ਗਰੇਵਾਲ ਸਰ ਨੇ ਸੁਖਬੀਰ ਗਰੇਵਾਲ ਸਰ ਨੇ ਇਹ ਬਹੁਤ ਅੱਛੀ ਸਕੀਮ ਕੀਤੀ ਹੈ ਇਹਦੇ ਨਾਲ ਹਰ ਇੱਕ ਬੱਚੇ ਜਿਸ ਤਰ੍ਹਾਂ ਕਿ ਕਿਸੇ ਬੱਚੇ ਨੂੰ ਸੱਟ ਲੱਗ ਜਾਂਦੀ ਸੀ ਕੋਈ ਬੱਚੇ ਨੂੰ ਕੇਅਰ ਨਹੀਂ ਹੁੰਦੀ ਸੀ ਇਹਦੇ ਵਿੱਚ ਇਹਨਾਂ ਨੇ ਸਿੱਧਾ ਅੱਛੇ ਹੋਸਪਿਟਲ ਜਿਸ ਤਰ੍ਹਾਂ ਐਸਕੋਟ ਹੋਸਪਿਟਲ ਹੈ ਇਹਨਾਂ ਦੇ ਨਾਲ ਟਾਈਅਪ ਕਰਕੇ ਇੱਕ ਬੱਚਿਆਂ ਨੂੰ ਬਹੁਤ ਅੱਛੀ ਫੈਸਿਲਿਟੀਜ਼ ਮਿਲ ਰਹੀ ਹੈ ਅਤੇ ਜੇ ਹੁਣ ਜੇ ਇਹਨਾਂ ਨੇ ਗਰਾਊਂਡ ਲੈਵਲ 'ਤੇ ਬੱਚੇ ਇੰਨੇ ਅੱਛੇ ਤਿਆਰ ਕਰਵਾ ਰਹੇ ਨੇ ਕਿ ਇਹ ਅੱਗੇ ਤੱਕ ਕਿਉਂਕਿ ਹਰ ਕੋਈ ਸਪੋਰਟਸ ਪਰਸਨ 15 ਸਾਲ 'ਚ ਜਾ ਕੇ ਉਹਦੀ ਪਰਫੋਰਮੈਂਸ ਖਤਮ ਹੋ ਜਾਂਦੀ ਸੀ ਬਟ ਹੁਣ ਅਸੀਂ 3.5 ਸਾਲ ਦਾ ਬੱਚਾ ਲੈ ਰਹੇ ਹਾਂ ਅਤੇ ਇਹਨਾਂ ਦੀ ਜਿਹੜੀ ਮੇਨ ਪਲੈਨਿੰਗ ਹੈ ਇਹਨਾਂ ਦੀ ਓਲੰਪਿਕ ਦੇ ਵਿੱਚ ਮੈਡਲ ਲੈਂਦੀ ਹੈ ਅਤੇ ਇਹ ਬਹੁਤ ਅੱਛੀ ਹੈ ਜੇ ਕਿਸੇ ਸਪੋਰਟਸ ਪਰਸਨ ਨੂੰ ਫੋਰਨ ਦੇ ਵਿੱਚ ਟ੍ਰੇਨਿੰਗ ਕਰਨੀ ਹੈ ਉਹਦਾ ਸਾਰਾ ਖਰਚਾ ਵੀ ਸਾਡੀ PIS ਹੀ ਦੇਵੇਗੀ ਅਤੇ ਹੋਰ ਇਹਦੇ ਨਾਲ ਜੇ ਬੱਚੇ ਨੇ ਕਿਧਰੇ ਹੋਰ ਇੰਟਰਨੈਸ਼ਨਲ ਜਾਂ ਕੁਛ ਕਿਸੇ ਵੀ ਤਰ੍ਹਾਂ ਦੀ ਫੈਸਿਲਿਟੀਜ਼ ਹੈ ਉਹ ਸਾਰੀ ਦੇ ਰਹੀ ਹੈ ਅਤੇ ਬੱਚਿਆਂ ਨੂੰ ਸਾਡਾ ਪੰਜਾਬ ਸਪੋਰਟਸ ਡਿਪਾਰਟਮੈਂਟ ਵੀ ਇਹਦੇ ਵਿੱਚ ਜਿਸ ਤਰ੍ਹਾਂ ਸਾਡੇ ਡਾਇਰੈਕਟਰ ਸਰ ਨੇ ਸਾਡੇ ਡਿਪਟੀ ਡਾਇਰੈਕਟਰ ਸਰ ਨੇ ਇਹ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਕਿ ਇਹਨਾਂ ਨੂੰ ਬੱਚਿਆਂ ਨੂੰ ਰੋਜ਼ ਦੀ 100 ਰੁਪੀਸ ਦੀ ਡਾਇਟ ਦਿੱਤੀ ਜਾ ਰਹੀ ਹੈ ਜਿਹਦੇ ਨਾਲ ਇਹ ਬੱਚੇ ਅੱਛੀ ਟ੍ਰੇਨਿੰਗ ਕਰਕੇ ਅੱਛੇ ਰਿਜ਼ਲਟਸ ਦੇਣਗੇ PIS ਦੇ ਵੱਲੋਂ ਜਿਹੜੀਆਂ ਹੈ ਉਹ ਸੁਵਿਧਾਵਾਂ ਦਾ ਪਹਾੜ ਜਿਹੜਾ ਉਹ ਦਿੱਤਾ ਜਾ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ ਆ ਰਹੀ ਹੈ ਫਿਲਹਾਲ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਸਰ ਇਸ ਵੇਲੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਪ੍ਰੋਬਲਮਸ ਆ ਰਹੀ ਹੈ ਕਿ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਸਾਨੂੰ ਬਹੁਤ ਅੱਛੀ ਫੈਸਿਲਿਟੀਜ਼ ਮਿਲਦੀ ਸੀ ਜਿਹਦੀ ਬਦੌਲਤ ਅਸੀਂ 70 ਤੋਂ ਜ਼ਿਆਦਾ ਬੱਚੇ ਨੈਸ਼ਨਲ ਗੋਲਡ ਮੈਡਲਿਸਟ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ 2 ਸਟੂਡੈਂਟਸ ਮੇਰੇ ਇੰਟਰਨੈਸ਼ਨਲ ਹੈਗੀਆਂ ਨੇ ਮਿਸ ਕਿਰਤ ਕੁਲਾਰ ਅਤੇ ਮਿਸਟਰ ਮੁਸਕਾਨ ਵਿੱਚ ਜੋ ਕਿ ਹਾਲੇ ਬ੍ਰਾਜ਼ੀਲ ਜਾ ਕੇ ਆਈ ਹੈ ਇਸ ਤੋਂ ਇਲਾਵਾ ਨੈਸ਼ਨਲ ਦੇ ਵਿੱਚ ਕਾਫੀ ਸਾਡੇ ਹਰ ਵਾਰੀ ਜੇ ਸਾਡੇ 20 ਬੱਚਿਆਂ ਦੀ ਟੀਮ ਹੁੰਦੀ ਅਤੇ 18 ਬੱਚੇ ਸਾਡੇ ਅੰਮ੍ਰਿਤਸਰ ਦੇ ਹੁੰਦੇ ਨੇ ਜਿਹੜੇ ਕਿ ਨੈਸ਼ਨਲ 'ਚ ਗੋਲਡ ਮੈਡਲ ਅਤੇ ਸਿਲਵਰ ਮੈਡਲ ਹਰ ਵਾਰੀ ਲੈ ਕੇ ਆਉਂਦੇ ਨੇ ਅੱਛਾ ਕੋਈ ਬੱਚਾ ਨੈਸ਼ਨਲ ਖੇਡਦਾ ਹੈ ਕੋਈ ਇੰਟਰਨੈਸ਼ਨਲ ਖੇਡਦਾ ਹੈ ਬੱਚੇ ਦਾ ਨਾਮ ਜਿਹੜਾ ਉਹ ਹਾਈਲਾਈਟ ਹੁੰਦਾ ਹੈ ਕੋਚ ਕਿਤੇ ਨਾ ਕਿਤੇ ਜਿਹੜੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਕਿੰਨੀਆਂ ਕੁ ਕਠਿਨਾਈਆਂ ਦੇ ਵਿੱਚ ਇੱਕ ਕੋਚ ਨੂੰ ਗੁਜ਼ਰਨਾ ਪੈਂਦਾ ਹੈ ਕੀ ਕੁਝ ਕਰਨਾ ਪੈਂਦਾ ਹੈ ਇੰਟਰਨੈਸ਼ਨਲ ਕੋਚ ਬਣਨ ਦੇ ਲਈ ਅਤੇ ਚੰਗੇ ਬੱਚੇ ਪੈਦਾ ਕਰਨ ਦੇ ਲਈ ਸਰ ਇਸ ਟਾਈਮ ਮੈਂ ਇੰਡੀਆ ਨੰਬਰ 1 ਕੋਚ ਹਾਂ ਜੇ ਇਸ ਤੋਂ ਪਹਿਲਾਂ ਕਿ ਜਿਹੜੀ ਸਾਡੀ ਰਿਦਮਿਕ ਜਿਮਨਾਸਟਿਕ ਸੀ ਇਹਨੂੰ ਬਿਲਕੁਲ ਵੀ ਪ੍ਰਮੋਟ ਨਹੀਂ ਕੀਤਾ ਜਾਂਦਾ ਸੀ ਅਤੇ ਫਸਟ ਟਾਈਮ 2006 ਦੇ ਵਿੱਚ ਮੈਂ ਇਹਦੇ ਵਿੱਚ ਜਜਿੰਗ ਕੋਰਸ ਕਰਕੇ ਆਈ ਹਾਂ ਮਲੇਸ਼ੀਆ ਤੋਂ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਆਪਣੇ ਇੰਡੀਆ ਦੇ ਬੱਚੇ ਵੱਧ ਤੋਂ ਵੱਧ ਅੱਛੇ ਤਿਆਰ ਕਰਾਂ ਅਤੇ ਜਿਹਦਾ ਇਹ ਨਤੀਜਾ ਹੋਇਆ ਕਿ ਫਸਟ ਟਾਈਮ ਸਾਨੂੰ ਕਾਮਨਵੈਲਥ ਗੇਮਸ 2006 ਦੇ ਵਿੱਚ ਫਸਟ ਟਾਈਮ ਰਿਦਮਿਕ ਦੀ ਟੀਮ ਲੈ ਕੇ ਗਏ ਜਿਹੜੀ ਸਾਡੀ ਟੀਮ ਆਸਟ੍ਰੇਲੀਆ ਦੇ ਵਿੱਚ 5th ਨੰਬਰ 'ਤੇ ਆਈ ਅਤੇ ਇਹਦੇ ਵਿੱਚ ਸਾਨੂੰ ਕੋਚਿਸ ਨੂੰ ਬਹੁਤ ਪ੍ਰੋਬਲਮ ਕ੍ਰੀਏਟ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਸਮ ਟਾਈਮ ਸਾਨੂੰ ਜਿਹੜੇ ਜਜਿੰਗ ਕੋਰਸ ਹੁੰਦੇ ਨੇ ਸਾਨੂੰ ਉਹ ਆਪਣੀ ਓਨ ਕੋਰਸ 'ਤੇ ਜਾਣਾ ਪੈਂਦਾ ਜਿਹਦਾ ਖਰਚਾ 1 ਲੱਖ ਤੋਂ 1.5 ਲੱਖ ਰੁਪਇਆ ਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਮੈਂ ਵਰਲਡ ਹਾਇਰ ਲੈਵਲ ਟ੍ਰੇਨਿੰਗ ਅਮੈਰੀਕਾ ਕਰਕੇ ਆਈ ਹਾਂ ਜਿਹਦੇ ਵਿੱਚ ਮੇਰਾ ਟੋਟਲ ਅਮਾਊਂਟ 6 ਮਹੀਨੇ ਦਾ 10 ਲੱਖ ਰੁਪਇਆ ਖਰਚਾ ਆਇਆ ਸੀ ਇਹ ਜਿਸ ਤਰੀਕੇ ਦੇ ਨਾਲ ਤੁਸੀਂ ਲੱਖਾਂ ਦੇ ਵਿੱਚ ਆਪਣੇ ਕੋਰਸਿਸ ਦੇ ਖਰਚੇ ਗਿਣਵਾ ਰਹੇ ਹੋ ਕੌਣ ਸਾਰਾ ਖਰਚਾ ਬੇਅਰ ਕਰਦਾ ਹੈ ਸਰ ਇਸ ਪਹਿਲਾਂ ਤਾਂ ਹਾਲ ਦੀ ਘੜੀ ਦੇ ਵਿੱਚ ਸਾਰਾ ਖਰਚਾ ਮੇਰੇ ਪੇਰੈਂਟਸ ਵੱਲੋਂ ਮੈਨੂੰ ਫੈਮਿਲੀ ਸਪੋਰਟ ਵੱਲੋਂ ਕੀਤਾ ਗਿਆ ਅਤੇ ਕੁਛ ਮੇਰਾ ਮੈਂ ਜਦੋਂ ਕੰਟਰੈਕਟ ਬੇਸਿਸ 'ਤੇ ਸਪ੍ਰਿੰਗਡਲ ਸਕੂਲ ਲੱਗੀ ਹੋਈ ਸੀ ਮੇਰੇ ਸਪ੍ਰਿੰਗਡਲ ਸਕੂਲ ਨੇ ਹਰ ਵਾਰੀ ਫੋਰਨ ਟੂਰ ਜਾਣ 'ਤੇ ਮੈਨੂੰ 50,000 ਕੈਸ਼ ਪ੍ਰਾਈਜ਼ ਦਿੱਤੇ ਸੀ ਮੈਡਮ ਰਣਵੀਨ ਸੰਧੂ ਅਤੇ ਡਾਕਟਰ ਸਾਹਿਬ ਨੇ ਮੇਰੀ ਬਹੁਤ ਜ਼ਿੰਦਗੀ ਦੇ ਵਿੱਚ ਹੈਲਪ ਕੀਤੀ ਹੈ ਅਤੇ ਇਸ ਟਾਈਮ ਸਾਨੂੰ ਇਹ ਪ੍ਰੋਬਲਮ ਦਾ ਫੇਸ ਨਹੀਂ ਕਰਨਾ ਪੈ ਰਿਹਾ ਕਿਉਂਕਿ ਜਿਹੜੀ PIS ਦੀ ਸਕੀਮ ਹੈ ਉਹਦੇ ਵਿੱਚ ਜੇਕਰ ਕਿਸੇ ਕੋਚ ਨੂੰ ਕੋਰਸ ਕਰਨ ਵੀ ਜਾਣਾ ਪੈ ਰਿਹਾ ਅਤੇ ਇਹ ਸਾਰਾ ਖਰਚਾ ਸਾਡੀ PIS ਹੀ ਦੇਵੇਗੀ ਸੋ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦਾ ਜੋ ਸੁਪਨਾ ਹੈ ਕਿ ਓਲੰਪਿਕਸ ਦੇ ਵਿੱਚ ਮੈਡਲ ਲੈਣੇ ਹੈ ਕਈ ਵਾਰ ਇਹ ਵੀ ਕਿਹਾ ਗਿਆ ਕਿ ਜੇ ਤੁਸੀਂ ਐਕਸਪੈਕਟ ਕਰੋਗੇ ਕਿ PIS ਸ਼ੁਰੂ ਹੋ ਗਈ ਅਤੇ ਨਾਲ ਹੀ ਤਮਗੇ ਸ਼ੁਰੂ ਹੋ ਜਾਣਗੇ ਤਾਂ ਉਹ ਸ਼ਾਇਦ ਨਾ ਹੋਵੇ ਕਿਉਂਕਿ ਗਰਾਸ ਰੂਟ ਲੈਵਲ ਤੋਂ ਜਦੋਂ ਤੁਸੀਂ ਇੱਕ ਖਿਡਾਰੀ ਨੂੰ
ਪੈਦਾ ਕਰੋਗੇ, ਚੰਗਾ ਖਿਡਾਰੀ ਬਣਾਓਗੇ, ਉਹਨੂੰ ਤਰਾਸ਼ਿਆ ਜਾਏਗਾ, ਇਸ ਨੂੰ ਸਾਲਾਂ ਲੱਗ ਸਕਦੇ ਨੇ। ਸੋ PIS ਦਾ ਜਿਹੜਾ ਹੈ ਉਹ ਲੰਮੇ ਸਮੇਂ ਤੱਕ ਚੱਲਣਾ ਜ਼ਰੂਰੀ। ਹਾਂਜੀ ਸਰ, ਇੱਕ ਜੇ PIS ਇੱਕ ਐਸੀ ਸਕੀਮ ਹੈ ਜਿਹਦੇ ਨਾਲ ਸਪੋਰਟਸ ਬੱਚੇ ਬਹੁਤ ਪ੍ਰਮੋਟ ਹੋ ਰਹੇ। ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜਿਹੜੀ ਫੈਸਿਲਿਟੀਜ਼ ਦੀ ਡਿਮਾਂਡ ਹੁੰਦੀ, ਸਾਨੂੰ ਇੱਕ ਵਾਰੀ ਬਸ ਕਹਿਣ ਦੀ ਦੇਰ ਹੁੰਦੀ ਹੈ। ਸਾਨੂੰ ਇਹ ਪੂਰੀ ਸਾਡੀ ਪੂਰੀ ਕੀ ਨਾਮ ਗੱਲ ਮੰਨ ਲੈਂਦੇ ਹੈਗੇ ਨੇ। ਅਤੇ ਇਸ ਤੋਂ ਇਲਾਵਾ ਮੈਂ ਆਪਣੇ PIS ਨੂੰ ਇੱਕ ਡਿਮਾਂਡ ਵੀ ਕੀਤੀ ਸੀ ਆਪਣੇ ਇੱਕ ਜਿਮਨਾਸਟਿਕਸ ਹਾਲ ਵਾਸਤੇ, ਉਹ ਵੀ ਸਾਨੂੰ ਉਮੀਦ ਹੈ ਕਿ ਆਸ ਹੈ ਕਿ ਉਹ ਸਾਡੀ ਜਲਦੀ ਪੂਰੀ ਹੋ ਜਾਏਗੀ। ਅਤੇ ਇਸ ਸਕੀਮ ਦੇ ਵਿੱਚ ਗਰੇਵਾਲ ਸਰ ਬਹੁਤ ਅੱਛਾ ਵਰਕ ਕਰ ਰਹੇ ਨੇ। ਕਿੰਨੀਆਂ ਸਕੀਮਾਂ ਹੁੰਦੀਆਂ ਨੇ, ਕਿੰਨੀਆਂ ਹੀ ਇੱਕ ਮੰਨ ਲਓ ਜੇ ਕੋਈ ਖੇਡ ਹੈ, ਜਿਮਨਾਸਟਿਕ ਹੈ, ਕੋਈ ਵੀ ਖੇਡ ਹੈ, ਜਿਮਨਾਸਟਿਕ ਦੇ ਵਿੱਚ ਕਾਫੀ ਇਵੈਂਟਸ ਹੁੰਦੇ ਨੇ। ਮੈਂ ਨੀਤੂ ਮੈਮ ਨੂੰ ਪੁੱਛਣਾ ਚਾਹੂੰਗਾ, ਮੰਨ ਲਓ ਇਹ ਬੱਚੀ ਹੈ ਜਦੋਂ ਪਹਿਲੀ ਵਾਰ ਤੁਹਾਡੇ ਕੋਲ ਆਈ, ਜਿਮਨਾਸਟਿਕ ਦੇ ਵਿੱਚ ਕਿੰਨੇ ਇਵੈਂਟਸ ਨੇ? ਜਿਮਨਾਸਟਿਕ ਦੇ ਵਿੱਚ 5 ਇਵੈਂਟ ਨੇ, ਰੋਪ, ਹੂਪ, ਬਾਲ, ਕਲੱਬਸ, ਰਿਬਨ। ਇਸ ਬੱਚੀ ਨੇ ਜਦੋਂ ਇਹ ਪਹਿਲੀ ਦਫਾ ਤੁਹਾਡੇ ਕੋਲ ਬੱਚੀ ਆਈ, ਕਿੱਦਾਂ ਡਿਟਰਮਿਨ ਕੀਤਾ ਕਿ ਇਹ ਰਿਦਮਿਕ ਦੇ ਵਿੱਚ ਆਏਗੀ? ਸਰ, ਇਹ ਜਿਹੜੇ ਜਿਮਨਾਸਟਿਕ ਦੇ ਵਿੱਚ ਆਰਟਿਸਟਿਕ ਹੁੰਦੀ, ਉਹਦੇ ਵਿੱਚ ਅਸੀਂ ਮੈਕਸੀਮਮ ਸ਼ੋਰਟ ਹਾਈਟ ਦਾ ਬੱਚਾ ਲੈਂਦੇ, ਕਿਉਂਕਿ ਸ਼ੋਰਟ ਹਾਈਟ ਦੀ ਜਿਹੜੀ ਰੋਟੇਸ਼ਨ ਹੁੰਦੀ ਉਹ ਜਲਦੀ ਬੱਚੇ ਦੀ ਬੋਡੀ ਮੂਵਮੈਂਟ ਹੋ ਜਾਂਦੀ। ਅਤੇ ਰਿਦਮਿਕ ਦੇ ਵਿੱਚ ਅਸੀਂ ਦੇਖਦੇ ਹਾਂ ਬੱਚੇ ਦੀ ਜਿਹੜੀ ਲੈਗਸ ਹੁੰਦੀਆਂ ਉਹ ਲੌਂਗ ਹੋਣ, ਕਿਉਂਕਿ ਰਿਦਮਿਕ ਇੱਕ ਬਹੁਤ ਬਿਊਟੀਫੁਲ ਗ੍ਰੇਸਫੁਲ ਹੈ ਜਿਹਦੇ ਵਿੱਚ ਰੋਪ, ਹੂ, ਬੋਲ, ਕਲੱਬਸ, ਰਿਬਨ 5 ਆਪਰੇਟਸ ਹੁੰਦੇ ਨੇ। ਅਤੇ ਇਹ ਬੱਚੇ ਜਿਹੜੇ ਮੇਰੇ ਸਾਰੇ ਨੈਸ਼ਨਲ ਪੋਜੀਸ਼ਨ ਹੋਲਡਰ ਨੇ, ਜਿਹਦੇ ਨਾਲ ਮੈਂ ਬਹੁਤ ਸੈਟਿਸਫਾਈਡ ਹਾਂ। PIS ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਤੁਹਾਨੂੰ ਕਿੰਨਾ ਸਮਾਂ ਲੱਗੇਗਾ? ਓਲੰਪਿਕਸ ਦੇ ਵਿੱਚ ਜੋ ਹੈ ਇੱਕ ਮੈਡਲ ਕਦੋਂ ਲੈ ਕੇ ਜਾਓ? ਸਰ, ਸਾਡੀ ਤਾਂ ਪੂਰੀ ਉਮੀਦ ਹੈ, ਜਿਸ ਤਰ੍ਹਾਂ PIS ਸਾਡੇ ਕਹਿਣ 'ਤੇ ਬਹੁਤ ਜਲਦੀ ਹੀ ਸਾਨੂੰ ਹਾਲ ਮਿਲ ਜਾਏਗਾ, ਅਤੇ ਅਸੀਂ ਜਲਦੀ ਹੀ ਇੰਨੀ ਉਮੀਦਾਂ 'ਤੇ ਖਰੇ ਉਤਰਾਂਗੇ। ਸੋ ਇਹ ਸਨ ਨੀਤੂ ਬਾਲਾ ਜੀ, ਕੌਮਾਂਤਰੀ ਕੋਚ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੀ ਕੋਈ ਨਾ ਕੋਈ ਮੈਡਲ ਓਲੰਪਿਕਸ ਦੇ ਵਿੱਚ ਜ਼ਰੂਰ, ਜਿਮਨਾਸਟਿਕ ਰਿਦਮਿਕ ਦੇ ਵਿੱਚ ਜਿਹੜਾ ਹੈ ਰਿਦਮਿਕ ਕੈਟਾਗਰੀ ਦੇ ਵਿੱਚ ਪੱਕਾ ਜ਼ਰੂਰ ਇਹਨਾਂ ਦਾ ਕੋਈ ਖਿਡਾਰੀ ਜਿੱਤ ਕੇ ਆਏਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ